ਸਜਲਦੇਵ ਆਏ ਜਾਂ ਲੀਟਰ ਦਾ ਕਿੰਨਾ ਮਾਣ ਪੀਂਦਾ 60000 ਆ ਜਾਂ ਪਤਾ ਨਹੀਂ ਸਾਬ ਲਾਏ ਹੁਣ ਕਿੰਨਾ ਕ ਪੀ ਜਾਂਦੇ ਦਿਹਾੜੀ ਚ ਆਪਣਾ 8 ਲੀਟਰ ਲੱਗਦਾ 8 ਲੀਟਰ ਮੈਂ ਤੋਂ ਅੱਗੇ ਸ਼ਾਮ ਤੱਕ 8 ਲੀਟਰ ਹਾਂ ਅੱਛਾ 50 ਮਾਂ 55 ਮਾਂ ਲੱਗੜੀ ਜੀਰੀ ਇਸ ਪਾਸ ਉਹ 4 ਲੀਟਰ ਚਾਲੇ ਲੱਗੇ ਹਾਲਾਂਕਿ ਸਾਡੇ ਘਾਮ ਨਾਲ ਜਿਆਦਾ ਲੱਗਦਾ 4 ਲੀਟਰ अस्सलाम वालेकुम जनाब तुहाडे वास्ते इंजन लेके आए ते नाल एक ऐ मशीन लेके आए जिहड़ी 1972 दे विच आई सी ते अपनी जगह ते खड़ी है पहले फिटिशन ते खड़ी है बस इन्होंने 3-4 बारी फिटिशन उच्चा किया बाकी मशीन उत्थे दी उत्थे खड़ी है जनाब काम करना है बंद करो बंद कर दियो ਤੁਹਾਡੇ ਸਾਹਮਣੇ ਆ ਬਾਕੀ ਚਲੀਏ ਤੁਹਾਨੂੰ ਇੰਜਨ ਵਿਖਾਈਏ ਆ ਭਾਈ ਜਾਨ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਇੰਜਨ ਸ਼ਰੀਫ ਕੰਪਨੀ ਦਾ ਇਹਨੂੰ ਤੁਹਾਡੇ ਨਾਲ ਸਾਡੀ ਇੱਕੋ ਹੀ ਗੁਜ਼ਾਰਿਸ਼ ਹੈ ਇਹਨੂੰ ਪਸੰਦ ਕਰੋ ਲਾਈਕ ਕਰੋ ਸ਼ੇਅਰ ਕਰ ਲਓ ਸਾਡੀ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਅਤੇ ਨਾਲ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਨਾਲ ਛੋਟੀ ਜਿਹੀ ਘੰਟੀ ਦੇ ਆਈਕਨ ਨੂੰ ਵੀ ਥੋੜ੍ਹਾ ਜਿਹਾ ਦਬਾ ਲਿਆ ਕਰੋ ਇਹਦੇ ਨਾਲ ਸਾਡੀ ਸਾਰੀ ਆਉਣ ਵਾਲੀਆਂ ਨਵੀਆਂ ਨਵੀਆਂ ਵੀਡੀਓ ਤੁਹਾਨੂੰ ਟਾਈਮ ਨਾਲ ਟਾਈਮ ਮਿਲਦੀਆਂ ਰਿਹਾ ਕਰਨਗੀਆਂ ਬਹੁਤ ਸ਼ੁਕਰੀਆ ਸਾਡੀ ਵੀਡੀਓ ਨੂੰ ਵੀ ਸ਼ੁਰੂ ਤੋਂ ਚਲਾ ਕੇ ਐਂਡ ਤੱਕ ਵੇਖ ਲਿਆ ਕਰੋ ਬਹੁਤ ਸ਼ੁਕਰੀਆ ਤੇਰ ਮੈਂ ਕੀ ਆਖਿਆ ਮੈਂ ਸੁਥਰੀ ਬਣਾ ਲਈ
ਬਹੁਤ ਉਮੀਦ ਹੈ ਤੁਹਾਡੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ ਅਤੇ ਫਿਰ ਜਾਂਦੇ ਜਾਂਦੇ ਉਹੀ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤੀ ਜਾਣਾ। ਇਤਨਾ ਬਿਹਤਰੀਨ ਇੰਜਣ ਅਤੇ ਇੰਨੀ ਪੁਰਾਣੀ ਐਂਟੀਕ ਮਸ਼ੀਨ, ਕਿਸੇ ਦਾ ਵੇਖਣ ਦਾ ਦਿਲ ਚਾਹੀਏ ਤਾਂ ਸ਼ੋਰ ਕੋਟ ਕੈਂਟ ਸਬਜ਼ੀ ਮੰਡੀ ਜਾ ਕੇ ਵੇਖ ਸਕਦਾ ਏ। ਪਹਿਲਾਂ ਆਸ ਪਾਸੇ ਵਾਲਾ ਮੇਰਾ ਜਿਸ ਵੇਲੇ ਦਿਲ ਕਰੋ ਤੁਹਾਡਾ ਆਪਣਾ ਘਰ ਹੈ ਅੱਲਾ ਦੀ ਰਹਿਮਤ। For more updates, subscribe to our channel, click the show links and enjoy watching the videos.